ਇਸਲਾਮ ਕੁਤਬੁਲ ਕਿਤਾਬ ਸ਼ਾਹਬਾਜ਼ ਲਾਮਕਾਂ ਹਜ਼ਰਤ ਬਾਬਾ ਫਰੀਦੁਦੀਨ ਮਸੂਦ ਗੰਜੇ ਸ਼ਕਰ ਰਹਿਮਤੁਲਾ ਅਲੈਹ ਦੇ ਲਾਡਲੇ ਮਖਦੂਮ ਇਲਾਉਦੀਨ ਅਲੀ ਅਹਿਮਦ ਸਾਬਰ ਕਲੀਅਰੀ ਆਫਤਾਬ ਚਿਸ਼ਤ ਅਹਿਲ ਬਹਿਸ਼ਤ ਸੁਲਤਾਨ ਕਲੀਅਰ ਦੇ ਵਾਕਿਆ ਤੋਂ ਕਰਾਮਾਤ ਪੇਸ਼ ਕਰ ਰਹੇ ਹਾਂ। ਖਾਸ ਤੌਰ ਤੇ ਬਾਬਾ ਫਰੀਦ ਤੇ ਉਹਨਾਂ ਦੇ ਨਾਲ ਸਾਬਰ ਬਾਗ ਦੇ ਦੀਵਾਨਿਆਂ ਵਾਸਤੇ ਸਮਝ ਦੀ ਤਵੱਜੋ ਕਲੀਅਰ ਦੀ ਮਸਜਿਦ ਵਿੱਚ ਸਾਬਰ ਕਰਨ ਇਮਾਮਤ ਆਏ ਤੇ ਜਾਹਿਲ ਸਨ ਉਥੋਂ ਦੇ ਲੋਕੀ ਤੇ ਜ਼ੁਲਮ ਤੋਂ ਬਾਜ਼ ਨਾ ਆਏ। ਪਹਿਲੀ ਸਫ ਵਿੱਚ ਸਾਬਰ ਆ ਬੈਠੀ ਉਹਨਾਂ ਆਖਿਆ ਇਥੋਂ ਪਿੱਛੇ ਜਾ ਜਲਾਲ ਦੇ ਮਸਜਿਦ ਵਿੱਚ ਆ ਕੇ ਜਲਾਲ ਦੇ ਮਸਜਿਦ ਨੂੰ ਕਹਿੰਦੇ ਤੂੰ ਤੇਰੀ ਟੁੱਕਦੀ ਨਹੀਂ ਜਦ ਸਾਰੇ ਸਜਦਾ ਰੱਬ ਨੂੰ ਕਰਦੇ ਨੇ ਐ ਮਸਜਿਦ ਤੂੰ ਕਿਉਂ ਚੁੱਕਦੀ ਨਹੀਂ। ਫਿਰ ਮੰਨ ਕੇ ਹੁਕਮ ਨੂੰ ਸਾਬਿਰ ਦੇ ਮਸਜਿਦ ਨੇ ਸਜਦਾ ਕਰ ਦਿੱਤਾ ਤੇ ਗੁਲਜ਼ਾਦੀ ਨੇ ਉਸ ਦਮ ਕਦਮੀ ਸਿਰ ਸਾਬਿਰ ਪਾਕ ਦੇ ਧਰ ਦਿੱਤਾ ਤੇ ਅਰਜ਼ ਕਰਦੀ ਹੈ ਰੋ ਕੇ ਕਹਿੰਦੀ ਹੈ ਸਾਬਿਰ ਜੀ ਮਸਜਿਦ ਥੱਲੇ ਆ ਕੇ ਉਹ ਮੇਰਾ ਪੁੱਤ ਵੀ ਮਰਦਾ ਤੇਰੇ ਦਰਦੀ ਬਾਂਦੀ ਸਾਮੈ ਮੇਰਾ ਨਸੀਬ ਕਿਉਂ ਹਰਦਾ। ਉੱਥੇ ਸਾਬਿਰ ਪਾਕ ਅਲੀ ਮੁੱਲਾ ਅਬਦਾਲ ਨੂੰ ਇਹ ਫਰਮਾਇਆ ਕਿ ਜਾ ਪਹਿਲੀ ਪੌੜੀ ਹੇਠੋਂ ਕੱਢ ਲਿਆ ਇਸ ਮਸਕੀਨ ਦਾ ਜਾਇਆ ਤੇ ਪੁੱਤਰ ਜ਼ਿੰਦਾ ਹੋਣ ਤੇ ਗੁਲਜ਼ਾਦੀ ਨੇ ਇਹ ਨਾਰਾ ਲਾਇਆ ਤੇ ਖੁਸ਼ੀ ਚ ਅਰਜ਼ ਕਰਦੀ ਹੈ ਨੀ ਮੈਂ ਛੱਜ ਪਤਾ ਸੇ ਬੰਦਾ ਨੀ ਮੈਂ ਛੱਜ ਪਤਾ ਸੇ ਬੰਦਾ ਬਾਬਾ ਸਾਬਿਰ ਪੀਰ ਮਿਲਾਇਆ ਸਾਬਿਰ ਪੀਰ।
ਅਹਿਮਦ ਸਾਬਰ ਨੇ ਬਾਬਾ ਫਰੀਦ ਦੇ ਹੁਕਮ ਤੇ 12 ਸਾਲ ਫਰੀਦੀ ਲੰਗਰ ਵੰਡਿਆ ਤੇ ਸਾਬਰ ਦਾ ਰੁਤਬਾ ਕਿੰਜ ਮਿਲਿਆ ਪੇਸ਼ ਕਰ ਰਿਹਾ ਹਾਂ। 12 ਸਾਲ ਫਰੀਦੀ ਲੰਗਰ ਸੈਯਦ ਇੰਜ ਵਰਤਾਇਆ, ਇੱਕ ਮੁਰਗੀ ਵੀ ਆਪ ਨਾ ਖਾਦੀ, ਭੁੱਖਿਆ ਵਕਤ ਲੰਘਾਇਆ। ਸੁੱਖ ਸੁੱਖ ਕੇ ਜਦ ਪੀਲਾ ਹੋ ਗਏ, ਮਾਂ ਦਾ ਦਿਲ ਘਬਰਾਇਆ। ਪੁੱਛਿਆ ਵੀਰ ਤੂੰ ਸੁਖਿਆ ਜਾਂਦਾ ਏ ਸੈਯਦ ਜਾਇਆ, ਬਾਬਾ ਜੀ ਨੇ ਪੀਰ ਮਿਲਾਓ ਪੀਰ ਤੋਂ ਇਹਨਾਂ ਪੁੱਛਿਆ, ਉਹ ਲੰਗਰ ਦਾ ਵਰਤਾਵਾ ਹੋ ਕੇ ਤੂੰ ਜਾਣਾ ਏ ਸੁਖਿਆ। ਸੈਯਦ ਨੇ ਸਾਬਿਰ ਪਾਕ ਦੀ ਮਾਂ ਨੇ ਪੁੱਤਰ ਲਈ ਭਤੀਜੀ ਮੰਗੀ, ਬਾਬਾ ਆਖਿਆ ਸਾਬਿਰ ਦੇ ਲਈ ਇਹ ਖੁਸ਼ੀ ਨਹੀਂ ਚੰਗੀ। ਗੰਜ ਸ਼ਕਰ ਨੇ ਫਰਮਾਇਆ, ਗੰਜ ਸ਼ਕਰ ਨੇ ਫਰਮਾਇਆ, ਗੰਜ ਸ਼ਕਰ ਫਰਮਾਇਆ ਸਾਬਿਰ ਇੱਕ ਨੰਗੀ ਤਲਵਾਰੇ। ਖਾਸ ਮੁਰੀਦ ਹਜ਼ਰਤ ਸ਼ਮਸੁਦੀਨ ਤੁਰਕ ਪਾਣੀਪਤੀ ਨੇ
ਆਪ ਸਰਕਾਰ ਤੋਂ ਫਨਾ ਤੇ ਬਕਾ ਦੇ ਬਾਰੇ ਇੱਕ ਸਵਾਲ ਕੀਤਾ ਸੀ ਤੇ ਮਖਦੂਮ ਪਾਕ ਨੇ ਉਸ ਸਵਾਲ ਦਾ ਜਵਾਬ ਆਪਣੇ ਵਿਸਾਲ ਤੋਂ ਬਾਅਦ ਇੰਜ ਦਿੱਤਾ, ਪੇਸ਼ ਕਰ ਰਿਹਾ। ਜਦ ਕਲੀਅਰ ਦੇ ਵਾਦੀ ਉੱਤੇ ਵਕਤ ਵਿਸਾਲ ਦਾ ਆਇਆ, ਸ਼ਮਸੋ ਦੀਨ ਨੂੰ ਯਾਦ ਵਸੀਅਤ ਦਾ ਫਰਮਾਨ ਕਰਾਇਆ, ਆਪ ਨੇ ਆਖਿਆ ਸੀ ਮੇਰੀ ਮਈਅਤ ਨੂੰ ਹੱਥ ਨਾ ਲਾਵੀ, ਉਹ ਜੀਵੇ ਤੈਨੂੰ ਮੈਂ ਦੱਸਿਆ ਏ ਉਵੇਂ ਕਰਦਾ ਜਾਵੀ, ਅਖਤਰ ਜੱਜ ਨਮਾਜ਼ ਜਨਾਜ਼ਾ ਪੜਨ ਦਾ ਵੇਲਾ ਆਇਆ, ਫੇਰ ਨਮਾਜ਼ ਜਨਾਜ਼ਾ ਪਰਦਾ ਪੋਸ਼ ਬਜ਼ੁਰਗ ਪੜਾਇਆ, ਪਰਦਾ ਪੋਸ਼ ਬਜ਼ੁਰਗ ਨਮਾਜ਼ ਪੜਾ ਕੇ ਜਾਵਣ ਲੱਗੇ, ਫੜ ਲਈ ਵਾਗ ਘੋੜੇ ਦੀ ਸ਼ਮਸੋ ਦੀਨ ਨੇ ਵਧ ਕੇ ਅੱਗੇ,
ਵਿਲਾਇਤ ਸੁਲਤਾਨ ਕਲੀਅਤ ਹਜ਼ਰਤ ਇਲਾਉਦੀਨ ਅਲੀ ਅਹਿਮਦ ਸਾਬਰ ਨੇ ਸੰਦੇ ਖਿਲਾਫਤ ਤੇ ਮੋਹਰ ਲਵਾਉਣ ਲਈ ਹੱਥਾਂ ਦੀਆਂ ਪੰਜੇ ਉਂਗਲੀਆਂ ਬਾਲ ਕੇ ਹਨੇਰੇ ਵਿੱਚ ਕਿੰਝ ਚਾਨਣ ਕੀਤਾ ਪੇਸ਼ ਕਰ ਰਿਹਾ। ਜਦ ਗੰਜ ਸ਼ਕਰ ਨੇ ਸਾਬਰ ਨੂੰ ਕਲੀਅਰ ਦੀ ਖਿਲਾਫਤ ਬਖਸ਼ੀ ਆਖਿਆ ਹਾਸੀ ਪਹੁੰਚ ਜਮਾਲ ਤੋਂ ਮੋਹਰ ਲਵਾ ਲੈ ਸੱਚੀ ਪਹੁੰਚ ਕੇ ਹਾਸੀ ਸਰ ਦੇ ਖਿਲਾਫਤ ਪੇਸ਼ ਜਮਾਲ ਨੂੰ ਕੀਤੀ ਰਾਤ ਹਨੇਰੀ ਸੀ ਨਾ ਉੱਥੇ ਦੀਵਾ ਸੀ ਨਾ ਬੱਤੀ ਪੀਰ ਜਮਾਲ ਨੇ ਸਾਬਰ ਪਾਗਲ ਬਸ ਇਹਨਾਂ ਫਰਮਾਇਆ ਜਾ ਸਾਬਰ ਹੁਣ ਮੋਹਰ ਨੀ ਲੱਗਣੀ ਬੜਾ ਹਨੇਰਾ ਛਾਇਆ ਸੁਣ ਕੇ ਆਪ ਜਨਾਬ ਦੀ ਤਬੀਅਤ ਹੋਈ ਜਲਾਲੀ ਆਪ ਨੇ ਚਾਨਣ ਕਰਨ ਦੀ ਖਾਤਰ ਹੱਥ ਦੀ ਉਂਗਲ